ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਪੰਜਾਬ ਦੇ ਅਜਨਾਲਾ ਤਹਿਸੀਲ ਰਾਜਾ ਸਾਂਸੀ ਅਦਲੀਵਾਲ ਰੋਡ ਤੇ ਸਥਿਤ ਨਿਰੰਕਾਰੀ ਸਾਸੰਗ ਭਵਨ ਤੇ ਅੰਤਵਾਦੀ ਹਮਲਾ ਹੋਇਆ। ਜਾਣਕਾਰੀ ਮੁਤਾਬਕ ਦੋ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੁਆਰਾ ਇਹ ਬੰਬ ਬਲਾਸਟ ਕੀਤਾ ਗਿਆ, ਜਿਸ 'ਚ 20 ਦੇ ਕਰੀਬ ਵਿਅਕਤੀ ਜ਼ਖਮੀ ਅਤੇ 3 ਮੌਤਾਂ ਹੋ ਚੁੱਕੀਆਂ ਨੇ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ IG ਸੁਰਿੰਦਰ ਸਿੰਘ ਪਾਰਮਰ ਨੇ ਕਿਹਾ ਕਿ ਦੋ ਨੌਜਵਾਨਾਂ ਨੇ ਨਿਰੰਕਾਰੀ ਸਾਸੰਗ ਭਵਨ ਤੇ ਗ੍ਰਨੇਡ ਸੁੱਟਿਆ ਅਤੇ ਕਿਹਾ ਕਿ ਇਸ ਮਾਮਲੇ ਤੇ ਗੰਭੀਰਤਾ ਨਾਲ ਕਾਰਵਾਈ ਕਰਨ ਨੂੰ ਥੋੜਾ ਟਾਈਮ ਲੱਗੇਗਾ। ਸਰ, ਸਭ ਤੋਂ ਵੱਡਾ ਸਵਾਲ ਜਿਹੜੇ ਸਾਰੇ ਇਹੀ ਜਾਣਨਾ ਚਾਹੁੰਦੇ ਨੇ ਕਿ ਕਿਉਂ ਹੋਇਆ, ਕਿਉਂਕਿ ਇਨਪੁਟ ਬੜੀ ਦੇਰ ਤੋਂ ਆ ਰਹੀਆਂ ਵਾ ਤੇ ਤੁਹਾਨੂੰ ਲੱਗਦਾ ਇੰਟੈਲੀਜੈਂਸ ਫੇਲਿਓਰ ਆ ਜਾਂ ਕੀ ਹੈ? No, we cannot say this. Any anti-national element will choose their time and win it. So we are not aware about that. So ultimately they initiate a thing, we'll respond to this. ਹੁਣ ਤੱਕ ਕੀ ਸਾਹਮਣੇ ਆਇਆ ਜੀ? ਹੁਣ ਤੱਕ ਉਹੀ ਤੁਹਾਨੂੰ ਦੱਸਿਆ ਨਾ, ਟੂ ਪੀਪਲ ਹੈਡ ਕਮ ਔਨ ਏ ਮੋਟਰਸਾਈਕਲ, ਇੱਕ ਬੰਦੇ ਨੇ ਬ੍ਰੈਂਡਿਸ਼ਡ ਰਿਵਾਲਵਰ ਐਂਡ ਡਿਟੇਨਡ ਦੋਸ ਗਾਰਡਸ ਐਂਡ ਆਲ ਦੈਟ ਵੈਂਟ ਇਨਸਾਈਡ ਲੌਕ ਦੇ ਗ੍ਰੇਨੇਡ ਐਂਡ ਪਿਸਟਲ। ਕੀ ਇਹ ਟੈਰਰਿਸਟ ਅਟੈਕ ਹੈ ਜੀ? ਨਹੀਂ, ਆਈ ਕੈਨ ਨਾਟ ਕਮੈਂਟ ਅਪੋਨ ਦਿਸ, ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ, ਇਟ ਵਿਲ ਟੇਕ ਸਮ ਟਾਈਮ। ਕੋਈ ਆਈਡੈਂਟੀਫਿਕੇਸ਼ਨ ਹੋਈ? ਗਨ ਫਾਇਰ ਵੀ ਹੋਈ ਹੈ? ਨੋ, ਗਨ ਫਾਇਰ ਐਕਚੁਅਲੀ। ਜਿਹੜੇ ਅਟੈਕ ਕੀਤਾ ਜਿਨ੍ਹਾਂ ਨੇ ਆ ਕੇ, ਕੋਈ ਆਈਡੈਂਟੀਫਿਕੇਸ਼ਨ ਹੋਈ ਹੈ ਜੀ? ਕਿਸ ਤਰ੍ਹਾਂ ਦਾ ਹੋਲੀਆ ਸੀ? ਹੈਡ ਦ ਮਫਲ ਫੇਸਸ। ਓਕੇ, ਇਸ ਕਰਕੇ ਹਾਲੇ ਆਈਡੈਂਟੀਫਿਕੇਸ਼ਨ ਨਹੀਂ ਹੋਈ, ਪਰ ਹੋ ਜਾਏਗੀ। ਵੀਲ ਵਰਕ ਆਨ ਦੇਅਰ ਸਟੋਰੀਜ਼। ਅਲਟੀਮੇਟਲੀ ਦ ਵੇ ਜਲੰਧਰ ਇੰਸੀਡੈਂਟ ਹੈਜ਼ ਬੀਨ ਕ੍ਰੀਏਟਡ, ਦਿਸ ਵਿਲ ਆਲਸੋ ਬੀ ਕ੍ਰੀਏਟਡ ਇਨ ਦ ਡਿਊ ਕੋਰਸ ਆਫ ਟਾਈਮ। ਕੋਈ ਡੇਰੇ ਤੇ ਹਮਲਾ ਕਰਨ ਦਾ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਕੋਈ ਫੈਕਟਰ ਤੇ ਨਹੀਂ ਸਾਹਮਣੇ ਆ ਰਿਹਾ? ਵੀ ਡੋਟ ਹੈਵ ਐਨੀ ਇਨਪੁਟ ਰਿਗਾਰਡਿੰਗ। ਉਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ DC ਕਮਲਜੀਤ ਸੰਘਾ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਵੀ ਕਾਰਵਾਈ ਹੋਵੇਗੀ ਉਸ ਨੂੰ ਜਲਦ ਹੀ ਅਮਲ 'ਚ ਲਿਆਂਦਾ ਜਾਵੇਗਾ, ਤਾਂ ਜੋ ਇਹ ਅਟੈਕ ਕੀਤਾ ਗਿਆ ਇਸ ਪਿੱਛੇ ਕਿਸ ਦਾ ਹੱਥ ਹੈ। ਅਜੇ ਤੱਕ ਦੀ ਜਾਂਚ ਵਿੱਚ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਅਜੇ ਇਹਦੇ ਬਾਰੇ ਕੁਝ ਕਹਿਣਾ ਮੁਸ਼ਕਲ ਹੈ ਕਿ ਕੌਣ ਇਹਦੇ ਪਿੱਛੇ ਹੈ ਤੇ ਕਿਹਨੇ ਇਹ ਕੰਮ ਕੀਤਾ। ਲੇਕਿਨ ਇੰਨਾ ਜ਼ਰੂਰ ਹੈ, ਤੁਹਾਡੇ ਸਾਹਮਣੇ ਹੈ ਕਿ ਅਟੈਕ ਹੋਇਆ, ਗ੍ਰਨੇਡ ਅਟੈਕ ਹੋਇਆ, ਔਰ ਕਾਂਗਰੀਗੇਸ਼ਨ ਦੇ ਵਿੱਚ 3 ਲੋਕ ਮਾਰੇ ਗਏ ਆ, 19 ਇੰਜਰਡ ਆ, ਜਿਹਨਾਂ ਦਾ ਇਲਾਜ ਵੱਖ ਵੱਖ ਹਸਪਤਾਲਾਂ ਵਿੱਚ ਚੱਲ ਰਿਹਾ। ਹੁਣ ਤੱਕ ਸਰ ਇਹ ਸਾਹਮਣੇ ਆਇਆ ਪਿੰਨ ਕੱਢ ਕੇ ਜਿਹੜਾ ਇੱਥੇ ਅਟੈਕ ਕੀਤਾ ਗਿਆ, ਗ੍ਰਨੇਡ ਸੁੱਟੇ ਜਾਣ ਦੀ ਜਿਹੜੀ ਉਹ ਪੁਸ਼ਟੀ ਹੋ ਚੁੱਕੀ ਹੈ। ਪਲੱਸ ਜਿਹੜੀ ਇੱਥੇ ਸੇਵਾਦਾਰ ਨਹੀਂ ਸੀਗੀ, ਉਹ ਇੱਕ ਇਹਨਾਂ ਦੇ ਵੱਲੋਂ ਵਾਲੰਟੀਅਰ ਸੀਗੀ। ਪੰਜਾਬ ਪੁਲਿਸ ਦੇ ਜਵਾਨਾਂ ਦਾ ਹੋਣਾ ਇੱਥੇ ਲਾਜ਼ਮੀ ਨਹੀਂ ਸੀ, ਅਜਿਹੇ ਮੌਕੇ 'ਤੇ ਜਿੱਥੇ ਸੈਂਕੜੇ ਤੋਂ ਉੱਤੇ ਸਤਸੰਗ ਦੇ ਵਿੱਚ ਸ਼ਰਧਾਲੂ ਬੈਠੇ ਹੋਣ। ਇਸ ਬਾਬਤ ਪੁਲਿਸ ਬਿਹਤਰ ਤੁਹਾਨੂੰ ਦੱਸ ਸਕਦੀ ਹੈ, ਲੇਕਿਨ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੋ ਵੀ ਐਂਗਲ ਹੈ ਸਾਰਾ ਹਰ ਪੱਖੋਂ ਵਿਚਾਰਿਆ ਜਾਊਗਾ, ਦੇਖਿਆ ਜਾਊਗਾ, ਤਾਂ ਹੀ ਪਤਾ ਲੱਗ ਸਕੇਗਾ ਕਿ ਇਹ ਜਿਹੜਾ ਅਟੈਕ ਕੀਤਾ ਗਿਆ ਕਿਹਦੇ ਵੱਲੋਂ ਕੀਤਾ ਗਿਆ, ਕੌਣ ਇਹਦੇ ਪਿੱਛੇ ਹੈ, ਜਾਂ ਇਹਦਾ ਲਿੰਕ ਕਿਹਦੇ ਨਾਲ ਬਣ ਸਕਦਾ। ਪੰਜਾਬ ਦੇ ਵਿੱਚ 5-6 ਅੱਤਵਾਦੀਆਂ ਦੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ, ਕਿ ਇਸ ਨੂੰ ਉਸ ਦੇ ਨਾਲ ਲਿੰਕ ਅਪ ਕਰਕੇ ਦੇਖਿਆ ਜਾਵੇ। ਦਿਸ ਇਜ਼ ਟੂ ਅਰਲੀ ਟੂ ਸੇ ਐਨੀਥਿੰਗ ਔਨ ਦੈਟ ਕਾਊਂਟ, ਕਿਉਂਕਿ ਅਜੇ ਤੱਕ ਜਦੋਂ ਤੱਕ ਕੰਪਲੀਟ ਇਨਵੈਸਟੀਗੇਸ਼ਨ ਨਹੀਂ ਹੁੰਦੀ, ਸੋ ਉਦੋਂ ਤੱਕ ਤਾਂ ਜੇ ਸਿਰਫ ਕੰਜੈਕਚਰਸ ਨੇ, ਅੰਦਾਜ਼ੇ ਲਾਏ ਜਾ ਸਕਦੇ ਆ, ਲੇਕਿਨ ਇਹਦੇ ਬਾਬਤ ਇਸ ਸਟੇਜ 'ਤੇ ਕਹਿਣਾ ਮੁਸ਼ਕਲ ਆ। ਪੁਲਿਸ ਦੀ ਡਿਟੇਲਡ ਇਨਵੈਸਟੀਗੇਸ਼ਨ ਨਾਲ ਹੀ ਪਤਾ ਲੱਗੂਗਾ ਕਿ ਕੌਣ ਸਰ ਹਮਲਾਵਰ ਜਿਹੜੇ, ਉਹਨਾਂ ਦੀ ਕੋਈ ਆਈਡੈਂਟੀਫਿਕੇਸ਼ਨ ਹੋ ਸਕੀ ਹੁਣ ਤੱਕ ਕੁਝ ਪਤਾ ਲੱਗ ਸਕੇ? ਮੈਂ ਇਹਦੇ ਬਾਬਤ ਇਸ ਸਟੇਜ 'ਤੇ ਕੁਝ ਨਹੀਂ ਕਹਿ ਸਕਦਾ, ਕਿਉਂਕਿ ਇਨਵੈਸਟੀਗੇਸ਼ਨ ਅੰਡਰਵੇ ਆ, ਕੁਝ ਵੀ ਕਹਿਣਾ ਠੀਕ ਨਹੀਂ ਹੋਊਗਾ। ਹਮਲਾਵਰ ਜਿਹੜੇ ਨੇ ਉਹ ਇਸ ਟਾਈਮ ਫਰਾਰ ਹੋ ਚੁੱਕੇ ਨੇ, ਔਰ ਚਿੱਟੇ ਦੇ ਨੇ ਇਸ ਕਾਰਵਾਈ ਨੂੰ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਹੈ। ਆਮ ਲੋਕ ਦਹਿਸ਼ਤ ਦੇ ਮਾਹੌਲ ਦੇ ਵਿੱਚ ਨੇ, ਉਹਨਾਂ ਨੂੰ ਤੁਸੀਂ ਕਿੱਦਾਂ ਹੁਣ ਜਿਹੜਾ ਕਾਬੂ ਦੇ ਵਿੱਚ ਰੱਖੋਗੇ, ਕਿਤੇ ਨਾ ਕਿਤੇ ਡਰ ਦਾ ਸਹਿਮ ਦਾ ਮਾਹੌਲ ਜਿਹੜਾ ਹੈ? ਦੇਖੋ, ਜਿਹੜੀਆਂ ਵਲਨਰੇਬਲ ਪਲੇਸਿਸ ਹੈਗੀਆਂ, ਜੋ ਪੁਲਿਸ ਦੇ ਇਨਪੁਟਸ ਅਤੇ ਇੰਟੈਲੀਜੈਂਸ ਦੇ ਅਕੋਰਡਿੰਗਲੀ, ਉਹਨਾਂ ਦੇ ਵਿੱਚ ਐਕਸਟਰਾ ਸਿਕਿਉਰਿਟੀ ਇੰਤਜ਼ਾਮ ਕੀਤਾ ਗਿਆ, ਸਾਰੇ ਸਟੇਟ ਦੇ ਵਿੱਚ ਅਲਰਟ ਕੀਤਾ ਗਿਆ। ਸੋ ਮੈਂ ਉਮੀਦ ਕਰਦਾ ਕਿ ਲੋਕਾਂ ਨੂੰ ਜਿਹੜੀ ਸੈਂਸ ਆਫ ਇਨਸਿਕਿਉਰਿਟੀ ਹੈ ਉਹ ਨਹੀਂ ਰਹੂਗੀ, ਕਿਉਂਕਿ ਇੱਕਾ ਦੁੱਕਾ ਕੋਈ ਇੰਸੀਡੈਂਟ ਹੁੰਦਾ ਉਹਦੇ ਤੋਂ ਬਾਅਦ ਇਹ ਠੀਕ ਹੈ ਕਿ ਸਹਿਮ ਔਰ ਡਰ ਦਾ ਮਾਹੌਲ ਹੁੰਦਾ, ਪਰ ਸਰਕਾਰ ਔਰ ਸਿਕਿਉਰਿਟੀ ਏਜੰਸੀ ਉਹ ਆਪਣਾ ਹਰ ਹੀਲਾ ਹਰ ਜ਼ੋਰ ਲਾਉਣਗੇ ਕਿ ਲੋਕਾਂ ਨੂੰ ਇਹੋ ਜਿਹੀ ਇਨਸਿਕਿਉਰਿਟੀ ਨਾ ਹੋਵੇ ਔਰ ਉਹਨਾਂ ਨੂੰ ਵਧੀਆ ਜਿਹੜਾ ਸੇਫਟੀ ਦਾ ਮਾਹੌਲ ਹੈ ਉਹ ਦਿੱਤਾ ਜਾ ਸਕੇ। ਇੱਕ ਸਵਾਲ ਜਿਹੜਾ ਅਸੀਂ ਸਾਰੇ ਜਾਣਨਾ ਚਾਹੁੰਦੇ ਹਾਂ ਕਿ ਹਾਈ ਅਲਰਟ ਹੈਗਾ ਸੀਗਾ, ਫਿਰ ਵੀ ਬਿਨਾਂ ਨੰਬਰ ਦੇ ਮੋਟਰਸਾਈਕਲ 'ਤੇ ਬੰਦੇ ਆਉਂਦੇ ਨੇ, ਹਥਿਆਰ ਉਹਨਾਂ ਕੋਲ ਹੈਗੇ ਆ, ਪਿਸਟਲਸ ਉਹਨਾਂ ਕੋਲ ਹੈਗੀਆਂ, ਕਿ ਸਾਡੀ ਕਿਤੇ ਨਾਕਾ ਕਿਤੇ ਉਹਨਾਂ ਨੂੰ ਟਕਰੇ ਜਾਂ ਪੁਲਿਸ ਉਸ ਵੇਲੇ ਕੀ ਕਹਿੰਦੇ ਅਲਰਟ ਦੇ ਉਹਨੂੰ? ਸਾਰੀ ਪੁਲਿਸ ਅਲਰਟ 'ਤੇ ਹੈ, ਸਾਰੀ ਪੁਲਿਸ ਵੱਖ ਵੱਖ ਜਿਹੜੀਆਂ ਵਲਨਰੇਬਲ ਜਗ੍ਹਾ ਨੇ ਜਾਂ ਜਿਹੜੇ ਨਾਕੇ ਹੈ ਉਹਨੂੰ ਮੈਨ ਕਰਦੀ ਹੈ, ਲੇਕਿਨ ਹਰ ਇੰਚ ਨੂੰ
ਸਿਕਿਓਰ ਕਰਨਾ ਦੁਨੀਆ 'ਚ ਕਿਸੇ ਵੀ ਜਗ੍ਹਾ 'ਤੇ ਪੋਸੀਬਲ ਨਹੀਂ ਹੁੰਦਾ। ਪੁਲਿਸ ਕੈਨ ਡੂ ਦੇਅਰ ਬੈਸਟ, ਦਿਸ ਇਜ਼ ਵਾਟ ਦੇ ਆਰ ਡੂਇੰਗ, ਪਰ ਉਹਨੂੰ ਇਹ ਕਹਿਣਾ ਕਿ ਕਿਤੇ ਅਣਗਹਿਲੀ ਹੋਈ ਹੈ, ਮੈਂ ਇਸ ਸਟੇਜ 'ਤੇ ਬਿਲਕੁਲ ਨਹੀਂ ਕਹੂੰਗਾ। ਸਰ, ਇੱਕ ਬੜੀਆ ਮੀਡੀਆ 'ਚ ਖਬਰਾਂ ਇੱਕ ਰਹੀ ਹੈ ਕਿ ਜਿਹੜਾ ਮੂਸਾ ਵਾ ਉਹਨੂੰ ਦੇਖਿਆ ਗਿਆ ਅੰਮ੍ਰਿਤਸਰ ਦੇ ਆਸ ਪਾਸ ਸਪੋਟ ਕੀਤਾ ਗਿਆ, ਉਹ ਖਬਰ 'ਚ ਕਿੰਨੀ ਸੱਚਾਈ ਹੈ? ਨਹੀਂ, ਮੈਂ ਇਹਦੇ ਬਾਬਤ ਕੁਛ ਨਹੀਂ ਕਹਿ ਸਕਦਾ, ਇੰਟੈਲੀਜੈਂਸ ਦੀਆਂ ਇਨਪੁਟਸ ਨੇ, ਇਹ ਮੇਰੇ ਡੋਮੇਨ 'ਚ ਨਹੀਂ, ਫਿਰ ਮੈਂ ਇਹਦੇ 'ਤੇ ਕੁਛ ਕਮੈਂਟ ਕਰਾਂ। ਥੈਂਕ ਯੂ। ਅੰਮ੍ਰਿਤਸਰ ਤੋਂ ਹਰਦੇਵ ਪ੍ਰਿੰਸ ਦੀ ਰਿਪੋਰਟ। ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।